ਹੁਣ ਜੇ ਆਪਾਂ ਗੱਲ ਕਰਦੇ ਹਾਂ ਜਗਮੀਤ ਸਿੰਘ ਹੋਰਾਂ ਦੇ, ਕੈਨੇਡਾ ਵਾਲੇ ਜਿਹੜੇ ਜਗਮੀਤ ਸਿੰਘ ਹਰੀ ਆ, ਵੀਜ਼ਾ ਉਹਨਾਂ ਨੂੰ ਵੀ ਨਹੀਂ ਮਿਲਦਾ ਪੰਜਾਬ ਜਾਣ ਦਾ, ਭਾਰਤ ਉਹਨਾਂ ਨੇ ਇੱਕ ਦੋ ਵਾਰੀ ਕੀਤਾ, ਰਿਫਿਊਜ਼ ਹੋ ਗਿਆ ਉਹਨਾਂ ਦਾ ਵੀ। ਹਾਂਜੀ, ਇਹ ਇਹ ਉਹ ਪਾਵਰ ਵਿੱਚ ਨਹੀਂ ਆਏ, ਵੱਖਰੀ ਗੱਲ ਆ, ਪਰ ਦੇਖਿਆ ਜਾਵੇ ਤਾਂ ਇੱਕ ਬਹੁਤ ਵੱਡੇ ਮਾਣ ਦੀ ਗੱਲ ਸੀ ਕਿ ਕੈਨੇਡਾ ਐਡਾ ਵੱਡਾ ਦੇਸ਼ ਹੋਵੇ ਔਰ ਉਹਦੀ ਤੀਜੀ ਪ੍ਰਮੁੱਖ ਪਾਰਟੀ ਦੇ ਵਿੱਚ ਪੰਜਾਬ ਦੇ ਨਾਲ ਸੰਬੰਧ ਰੱਖਦਾ ਨੌਜਵਾਨ ਉਹਦਾ ਲੀਡਰ ਬਣ ਗਿਆ। ਉਹ ਵੀ ਇੱਕ ਪਾਸੇ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਫਰੀਡਮ ਆਫ ਸਪੀਚ ਆ, ਜਦੋਂ ਇੰਡੀਆ ਦਾ ਕੌਂਸਟੀਟਿਊਸ਼ਨ ਆ ਉੱਥੇ ਲਿਖਿਆ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ, ਔਰ ਉੱਥੇ ਕਹਿੰਦੇ ਆ ਕਿ ਲੋਕਤਾਂਤਰਿਕ ਢੰਗ ਦੇ ਨਾਲ ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਹੱਕ ਆ। ਬਿਲਕੁਲ, ਜਦੋਂ ਚਾਹੇ ਜਗਮੀਤ ਸਿੰਘ ਹੋਵੇ ਜਾਂ ਕੋਈ ਵੀ ਲੀਡਰ ਹੋਵੇ ਦੁਨੀਆ ਦਾ, ਇੰਡੀਆ ਦੇ ਵਿੱਚ ਹੋਈ ਕੋਈ ਗਲਤ ਕਾਰਵਾਈ ਬਾਰੇ ਬਿਆਨ ਦਿੰਦਾ, ਉਦੋਂ ਕਹਿੰਦੇ ਆ ਕਿ ਇਸ ਵਿਅਕਤੀ ਨੂੰ, ਇਸ ਲੀਡਰ ਨੂੰ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਕੋਈ ਹੱਕ ਨਹੀਂ। ਜਦੋਂ ਉਸ ਉਹਨਾਂ ਦੇਸ਼ਾਂ ਦਾ ਕੋਈ ਲੀਡਰ ਇੰਡੀਆ ਦੀ ਪ੍ਰੇਜ਼ ਕਰਦਾ ਫਿਰ ਸਾਰੇ ਪਾਸੇ ਮੀਡੀਆ 'ਚ ਗੁੰਜਾਇਆ ਜਾਂਦਾ, ਦਖਲ ਉਹ ਵੀ ਹੁੰਦਾ ਆ, ਚਾਹੇ ਨੈਗੇਟਿਵ ਆ ਚਾਹੇ ਪੋਜ਼ਿਟਿਵ, ਦਖਲ ਤਾਂ ਦਖਲ ਆ ਨਾ। ਤਾਂ ਫਿਰ ਇੰਡੀਆ ਵੀ ਸਾਰੇ ਪਾਸੇ ਵਰਲਡ ਪੋਲੀਟਿਕਸ ਦੀਆਂ ਗੱਲਾਂ ਕਰਦਾ, ਇਹ ਉਹਨਾਂ ਦੇਸ਼ਾਂ ਦੇ ਵਿੱਚ ਦਖਲ ਆ। ਹੁਣ ਜਦੋਂ ਕੈਨੇਡਾ ਦੇ ਵਿੱਚ ਉਹ SFJ 6 ਫਾਰ ਜਸਟਿਸ ਦੇ ਵੱਲੋਂ ਰੈਫਰੈਂਡਮ ਵਗੈਰਾ ਕਰਾਇਆ ਗਿਆ, ਇੰਡੀਆ ਦੇ ਮਿਨਿਸਟਰਸ ਨੇ ਕਿਹਾ ਕਿ ਇਹਨਾਂ ਨੂੰ ਤੁਸੀਂ ਰੋਕੋ ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ, ਇਹਨੂੰ ਕੀ ਕਹਿੰਦੇ ਆ, ਇਹਨੂੰ ਦਖਲ ਨਹੀਂ ਕਹਿੰਦੇ ਕਿ ਕੈਨੇਡਾ 'ਚ ਤੁਸੀਂ ਰੋਕੋ ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ। ਔਰ ਜਿਵੇਂ ਹੁਣ ਇੰਗਲੈਂਡ ਵਿੱਚ ਹੋਇਆ, ਜਿਹੜੇ ਇੰਡੀਆ ਦੇ ਵਿੱਚ ਕਈ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਸ 'ਤੇ ਸ਼ਰੇਆਮ ਧਮਕੀਆਂ ਦਿੰਦੇ ਆ, ਜੇ ਭਾਈ ਅੰਮ੍ਰਿਤਪਾਲ ਸਿੰਘ ਅਤੇ NSA ਲੱਗਦਾ ਧਰਿੰਦਰ ਸ਼ਾਸਤਰੀ ਨੂੰ ਰਾਸ਼ਟਰਪਤੀ ਜਾਂ ਸਾਰੇ ਮਿਲਦੇ ਆ ਗੁਲਦਸਤਾ ਭੇਂਟ ਕਰਕੇ ਜਾਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਜਾਂ ਬਾਕੀ ਸਾਰਿਆਂ ਨੂੰ ਕੀਤਾ ਜਾਂਦਾ, ਅਤੇ ਵੱਖ ਵੱਖ ਸ਼ਰੇਆਮ ਉਹ ਕਿਤੇ ਕਹਿੰਦੇ ਆ ਕਿ ਮੁੱਲੇ ਕਾਟੇ ਜਾਏਗੇ, ਕਿਤੇ ਕੁਛ ਕਹਿੰਦੇ ਆ, ਕਿਤੇ ਉਹ ਟ੍ਰੇਨ ਵਿੱਚ ਉਹ ਕੋਈ ਮਾਰ ਦਿੰਦਾ ਜਾਂ ਸਾਰਾ ਕੁਛ ਕਹਿੰਦਾ, ਇੱਕ ਪਾਸੇ ਦਾ ਵਰਤਾਰਾ ਨਹੀਂ ਕੀਤਾ ਜਾਂਦਾ ਤਾਂ ਫਿਰ ਉਹ ਵਿਸ਼ਵਾਸ ਕਿਵੇਂ ਦਵਾ ਸਕਦੇ ਆ। ਇਹ ਇਹ ਸਾਰਾ ਕੁਛ ਦੁਨੀਆ ਭਰ ਦੇ ਮੀਡੀਆ ਵਿੱਚ ਆ ਜਾਂਦਾ ਆ, ਫਿਰ ਇਹ ਹੋ ਸਕਦਾ ਬਾਏ ਹੁੱਕ ਐਂਡ ਬਾਏ ਕਰੋਕੋ, ਕਿਉਂਕਿ ਅੱਜ ਕੱਲ੍ਹ ਉਹ ਪ੍ਰੋਪੋਗੰਡੇ ਦਾ ਯੁੱਗ ਜਿਹਾ ਆ ਅਤੇ ਉਹ ਭੜਕਾਊ ਜਿਹਾ ਕਰ ਕਰਕੇ ਸਾਰਾ ਕੁਛ ਨੂੰ ਕਵਰ ਅਪ ਕਰਨਾ ਚਾਹੁੰਦੇ ਆ। ਪਰ ਝੂਠ ਨੂੰ ਚਾਹੇ ਹਿਟਲਰ ਦੇ ਮੀਡੀਆ ਸਲਾਹਕਾਰ ਨੇ ਕਿਹਾ ਸੀ ਕਿ 100 ਵਾਰੀ ਝੂਠ ਬੋਲੋ ਅਤੇ ਸੱਚ ਵਰਗਾ ਲੱਗਣ ਲੱਗ ਜਾਂਦਾ, ਉਹ ਵਕਤੀ ਤੌਰ 'ਤੇ ਸੱਚ ਵਰਗਾ ਲੱਗ ਸਕਦਾ, ਵਕਤੀ ਤੌਰ 'ਤੇ ਤੁਸੀਂ ਲੋਕਾਂ ਨੂੰ ਦਬਾ ਸਕਦੇ ਆ, ਪਰ ਜਿਹੜੀ ਸੱਚਾਈ ਹੁੰਦੀ ਆ ਉਹ ਕਦੀ ਨਾ ਕਦੀ ਬਾਹਰ ਆ ਹੀ ਜਾਂਦੀ ਆ। ਉਹ ਜਿਵੇਂ ਕਿਹਾ ਜਾਂਦਾ, ਚੁੱਪ ਰਹੇਗੀ ਗਰ ਜ਼ਬਾਨੇ ਖੰਜਰ, ਲਹੂ ਪੁਕਾਰੇਗਾ ਪਤਾ ਆਸਤੀ ਕਾ। ਉਹ ਜਿਹੜਾ ਹੱਥ ਹੁੰਦਾ ਆਸਤੀਨ ਹੁੰਦੀ, ਜਿਹੜੇ ਜਿਹਦੇ 'ਚ ਖੰਜਰ ਹੁੰਦਾ, ਜਿਹਨੇ ਉਹ ਕਤਲ ਕੀਤਾ ਹੁੰਦਾ, ਉਹ ਕਦੀ ਨਾ ਕਦੀ ਉਹ ਲਹੂ ਜਿਹੜਾ ਹੁੰਦਾ ਆ ਉਹ ਪਤਾ ਦੱਸ ਹੀ ਦਿੰਦਾ ਆ। ਬਿਲਕੁਲ ਬਿਲਕੁਲ, ਅਤੇ ਇਹ ਦੁਨੀਆ ਦੇ ਵਿੱਚ ਲੁਕਿਆ ਨਹੀਂ ਰਹਿੰਦਾ, ਇਹ ਠੀਕ ਆ ਕਿ ਵਕਤੀ ਤੌਰ 'ਤੇ, ਪਰ ਲਾਸ਼ਾਂ ਦੇ ਉੱਤੇ ਸਿਆਸਤ ਕੀਤੀ ਤਾਂ ਕੀ ਕੀਤੀ, ਇੱਕ ਉੱਪਰ ਵੀ ਹੈ, ਕੋਈ ਘਾਟੀ ਦੇਸ਼ ਆ ਜਿਹੜੇ ਮਤਲਬ ਕੌਮਿਊਨਿਜ਼ਮ ਕਹਿ ਲਓ ਜਾਂ ਕਹਿੰਦੇ ਆ ਕਿ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਮਜੋਰਟੀ ਦੇਸ਼ ਕਹਿੰਦੇ ਆ ਕਿ ਅਸੀਂ ਰੱਬ ਨੂੰ ਮੰਨਦੇ ਹਾਂ, ਅਮੈਰੀਕਾ ਦੀ ਕਰੰਸੀ 'ਤੇ ਲਿਖਿਆ ਹੋਇਆ ਇਨ ਗੋਡ ਵੀ ਟਰੱਸਟ, ਇੰਡੀਆ ਦੇ ਵਿੱਚ 2014 ਤੋਂ ਕਹਿ ਰਿਹਾ ਸੀ ਰਾਮ ਰਾਜ ਲਿਆਉਣਾ, ਇੱਕ ਫਿਰ ਉਹ ਰਾਮ ਰਾਜ ਵਾਲੀ ਗੱਲ ਉਹਦੇ ਲਿਖਿਆ 'ਤੇ ਚੱਲਣ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਨਾ, ਮਤਲਬ ਜੇ ਫਿਰ ਰਾਮ ਰਾਜ ਆ ਤਾਂ ਇੱਕ ਤਰ੍ਹਾਂ ਨਾਲ ਧਰਮ ਦਾ ਰਾਜ ਹੋਣਾ ਚਾਹੀਦਾ, ਅਤੇ ਉਹਦੀ ਸ਼ੁਰੂਆਤ ਕਿੱਥੋਂ ਕਰਨੀ ਆ, ਲੋਕਾਂ ਦੀਆਂ ਲਾਸ਼ਾਂ 'ਤੇ ਸਿਆਸਤ ਕਰਕੇ ਕਿਸੇ ਵੀ ਧਰਮ ਨੇ ਨਹੀਂ ਇਹ ਸਿਖਾਇਆ ਕਿ ਲੋਕਾਂ ਦੀਆਂ ਲਾਸ਼ਾਂ 'ਤੇ ਤੁਸੀਂ ਸਿਆਸਤ ਕਰੋ ਜਾਂ ਰਾਜ ਕਰੋ, ਧਰਮੀ ਬਣਨਾ ਤਾਂ ਸ਼ੁਰੂ ਕਰੋ ਨਾ ਆਪ, ਚਾਹੇ ਸਾਡੇ 'ਤੇ ਵੀ ਆ ਕਿ ਜੇ ਅਸੀਂ ਲਗਾਤਾਰ ਧਰਮ ਦੇ ਰਾਜ ਦੀ ਗੱਲ ਕਰੀਏ ਪਰ ਉਹਦੇ 'ਤੇ ਚੱਲੀਏ ਨਾ, ਫਿਰ ਉਹ ਆਮ ਜਿਹੜੇ ਲੋਕ ਆਮ ਇਨਸਾਨ ਆ ਉਹਨਾਂ ਦਾ ਅਸੀਂ ਵਿਸ਼ਵਾਸ ਕਿਵੇਂ ਜਿੱਤ ਸਕਦੇ ਹਾਂ।